ਉਨ੍ਹਾਂ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਵਿੱਚੋਂ ਇੱਕ ਨੂੰ ਚੁਣਨਾ ਹੋਵੇਗਾ ਅਤੇ ਇਹ ਉਨ੍ਹਾਂ ਉਤੇ ਨਿਰਭਰ ਹੋਵੇਗਾ ਕਿ ਉਹ ਕਿਹੜੀ ਭਾਸ਼ਾ ਚੁਣਦੇ ਨੇ ਸਰਕਾਰ ਨੇ ਇਸ ਦੇ ਲਈ ਵਿਸ਼ੇਸ਼ ਤੌਰ ਤੇ ਫੰਡ ਜਾਰੀ ਕਰਕੇ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਦਾ ਵੀ ਫੈਸਲਾ ਕੀਤਾ ਹੈ ਹਾਲਾਂਕਿ ਕੈਨੇਡਾ ਵਿੱਚ 1970 ਤੋਂ ਲੈ ਕੇ ਹੁਣ ਤੱਕ ਨਾਗਰਿਕਤਾ ਲੈਣ ਦੇ ਲਈ ਫ੍ਰੈਂਚ ਜਾਂ ਅੰਗਰੇਜ਼ੀ ਦਾ ਗਿਆਨ ਹੋਣਾ ਲਾਜ਼ਮੀ ਹੈ ਪਰ ਇਮੀਗ੍ਰੇਸ਼ਨ ਮੰਤਰੀ ਇਸ ਦਾ ਇੱਕ ਵਿਕਲਪਿਕ ਰਾਹ ਵੀ ਦੇਖ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਭਾਸ਼ਾਵਾਂ ਜਨਰਲ ਸਿਟੀਜ਼ਨਸ਼ਿਪ ਟੈਸਟ ਜਾਂ ਇਸ ਨਾਲ ਸੰਬੰਧਿਤ ਇੰਟਰਵਿਊ ਵਿੱਚ ਵਿਕਲਪ ਵਜੋਂ ਵਰਤੀਆਂ ਜਾਣਗੀਆਂ ਇਹ ਤਬਦੀਲੀਆਂ 1 ਨਵੰਬਰ ਤੋਂ ਲਾਗੂ ਹੋਣ ਜਾ ਰਹੀਆਂ ਨੇ नवी नीति है नियम बहुत सारे नागरिकता कहना जा जा है की ए तब्दीलियाजान उतर मिलियन डालर के करीब भार बेनती कार उ पेगा जबकि सरकार नु भी चाली मिलियन डॉलर का भार सह करना पेगा ਪਰ ਸਰਵੇਖਣਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਸਮਾਜਿਕ ਪੱਖੋਂ ਫਾਇਦਾ ਹੋਏਗਾ ਅਤੇ ਪਾਸ਼ਾ ਦੇ ਪੱਖੋਂ ਨਾਗਰਿਕਤਾ ਚਾਉਣ ਵਾਲਿਆਂ ਨੂੰ ਭਵਿਕ ਵਿੱਚ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਹੋਏਗਾ। ਰੁਪਿੰਦਰ ਗੌਰ ਪੀਡੀਸੀ ਨਿਊਜ਼ ਟੋਰਾਂਟੋ ਕੈਨੇਡਾ